ਏਅਰਪੋਰਟ ਤੋਂ ਵਾਪਿਸ ਆਉਂਦੇ ਸਮੇਂ ਪੰਜਾਬ ਦੇ ਇੱਕ ਬਜ਼ੁਰਗ ਜੋੜੇ ਦੇ ਨਾਲ ਲੁੱਟ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸ ਦਈਏ ਕਿ ਲੁਟੇਰਿਆਂ ਦੇ ਵੱਲੋਂ ਪਹਿਲਾਂ ਤਾਂ ਕਈ ਕਿਲੋਮੀਟਰ ਤੱਕ ਉਹਨਾਂ ਦਾ ਪਿੱਛਾ ਕੀਤਾ ਗਿਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਉੱਤੇ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਸਮਾਂ ਰਹਿੰਦੇ ਕਿਹਾ ਜਾ ਰਿਹਾ ਹੈ ਕਿ ਇਸ ਬਜ਼ੁਰਗ ਜੋੜੇ ਨੇ ਪੈਟਰੋਲ ਪੰਪ ਦੇ ਇੱਕ ਬਾਥਰੂਮ ਦੇ ਵਿੱਚ ਲੁਕ ਕੇ ਆਪਣੀ ਜਾਨ ਬਚਾਈ ਹੈ। ਹਾਲਾਂਕਿ ਇਸ ਘਟਨਾ ਤੋਂ ਬਾਅਦ ਜਦੋਂ ਬਜ਼ੁਰਗ ਜੋੜੇ ਨੇ ਪੁਲਿਸ ਨੂੰ ਮੌਕੇ ਤੇ ਬੁਲਾਇਆ ਤਾਂ ਪੁਲਿਸ ਦੇ ਵੱਲੋਂ ਉਹਨਾਂ ਨੂੰ ਸੁਰੱਖਿਅਤ ਘਰ ਪਹੁੰਚਦਾ ਕੀਤਾ ਗਿਆ ਤੇ ਇਸ ਤੋਂ ਬਾਅਦ ਦੇ ਵਿੱਚ ਹੁਣ ਉਹਨਾਂ ਦੇ ਘਰ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਹੁਣ ਪਰਿਵਾਰ ਨੂੰ ਕਾਰਵਾਈ ਦਾ ਪੂਰਾ ਭਰੋਸਾ ਦਿੱਤਾ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ 0 FIR ਦਰਜ ਕਰੇਗੀ ਅਤੇ ਹਰਿਆਣਾ ਦੀ ਸਰਕਾਰ ਨੂੰ ਵੀ ਅਪੀਲ ਕੀਤੀ ਜਾਵੇਗੀ ਕਿ ਇਸ ਮਾਮਲੇ ਦੇ ਵਿੱਚ ਜੋ ਲੁਟੇਰੇ ਸ਼ਾਮਲ ਸੀ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਪੰਜਾਬ ਦੇ ਇੱਕ ਬਜ਼ੁਰਗ ਜੋੜੇ ਦੇ ਨਾਲ ਏਅਰਪੋਰਟ ਤੋਂ ਵਾਪਿਸ ਆਉਂਦੇ ਸਮੇਂ ਲੁੱਟ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਉਸ ਜੋੜੇ ਦੇ ਘਰ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਪਹੁੰਚੇ ਨੇ, ਜਿਨ੍ਹਾਂ ਦੇ ਵੱਲੋਂ ਹੁਣ ਕਾਰਵਾਈ ਦਾ ਪੂਰਾ ਭਰੋਸਾ ਦਿੱਤਾ ਗਿਆ। ਤਾਂ ਫਾਜ਼ਿਲਕਾ ਤੋਂ ਇਹ ਖਬਰ ਸਾਹਮਣੇ ਆਈ ਹੈ, ਜਦੋਂ ਬੀਤੇ ਦਿਨਾਂ ਏਅਰਪੋਰਟ ਤੋਂ ਇੱਕ ਬਜ਼ੁਰਗ ਆਪਣੀ ਪਤਨੀ ਨੂੰ ਲੈ ਕੇ ਵਾਪਿਸ ਆ ਰਿਹਾ ਸੀ ਤਾਂ ਰਾਹ ਦੇ ਵਿੱਚ ਉਹਨਾਂ ਦੇ ਉੱਤੇ ਲੁਟੇਰੇ ਜੋ ਨੇ ਉਹ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦਾ ਕਈ ਕਿਲੋਮੀਟਰ ਤੱਕ ਪਿੱਛਾ ਕੀਤਾ ਜਾਂਦਾ ਹੈ। ਹਾਲਾਂਕਿ ਇਸ ਤੋਂ ਬਾਅਦ ਦੇ ਵਿੱਚ ਉਸ ਬਜ਼ੁਰਗ ਜੋੜੇ ਦੇ ਵੱਲੋਂ ਪੁਲਿਸ ਨੂੰ ਬੁਲਾਇਆ ਜਾਂਦਾ ਹੈ ਤੇ ਪੁਲਿਸ ਦੇ ਵੱਲੋਂ ਜਦੋਂ ਉਹਨਾਂ ਨੂੰ ਕਾਫੀ ਅੱਗੇ ਤੱਕ ਕੱਢਿਆ ਜਾਂਦਾ ਤਾਂ ਉਹ ਸੁਰੱਖਿਅਤ ਆਪਣੇ ਘਰ ਪਹੁੰਚਦੇ ਨੇ ਤੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਕਾਫੀ ਵਾਇਰਲ ਹੁੰਦੀ ਹੈ ਤੇ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਹਨਾਂ ਦੀ ਘਰ ਪਹੁੰਚ ਕੇ ਸਾਰ ਲਈ ਹੈ। ਤੁਸੀਂ ਸਾਰਿਆਂ ਨੇ ਪਿਛਲੇ ਦਿਨੀ 4-5 ਦਿਨ ਪਹਿਲਾਂ ਜਿਹੜੀ ਘਟਨਾ ਵਾਪਰੀ ਹੈ, ਸਾਡੀ ਮਾਂ ਆਸਟ੍ਰੇਲੀਆ ਤੋਂ ਸਾਡੀ ਮਾਤਾ ਜਸਵਿੰਦਰ ਕੌਰ ਦੀ ਸੁਖਵਿੰਦਰ ਕੌਰ ਇਹ ਆਸਟ੍ਰੇਲੀਆ ਤੋਂ ਆਏ ਸੀਗੇ। ਇਹਨਾਂ ਦੇ ਪਤੀ ਕਿਸਾਨ ਲੀਡਰ ਮਾਸਟਰ ਰਿਟਾਇਰ ਨੇ ਸਤੂ ਸਿੰਘ ਉਡੀਏ ਲੈਣ ਗਏ ਸੀਗੇ ਔਰ ਰਸਤੇ ਦੇ ਵਿੱਚ ਜਿਹੜੀ ਘਟਨਾ ਵਾਪਰੀ ਉਹ ਬੜੀ ਦੁੱਖਦਾਈ ਘਟਨਾ, ਸਾਨੂੰ ਉਹਨੇ ਚਿੰਤਾ 'ਚ ਪਾਤਾ, ਚਿੰਤਾ 'ਚ ਇਸ ਕਰਕੇ ਪਾਤਾ ਕਿ ਸਾਡੇ ਲੱਖਾਂ ਪੰਜਾਬੀ ਜਿਹੜੇ ਆ ਬਾਹਰਲੇ ਦੇਸ਼ਾਂ ਦੇ ਵਿੱਚ ਰੋਟੀ ਰੋਜ਼ੀ ਲਈ ਜਿਹੜੇ ਗਏ ਆ ਅਤੇ ਸਾਡੇ ਕੋਲ ਜਿਹੜਾ ਮੇਨ ਵੱਡਾ ਹਵਾਈ ਅੱਡਾ ਉਹ ਦਿੱਲੀ ਹੈ, ਜਿੱਥੋਂ ਅਸੀਂ ਵੱਖ ਵੱਖ ਦੇਸ਼ਾਂ ਲਈ ਫਲਾਈਟਾਂ ਲੈਂਦੇ ਹਾਂ ਆਉਂਦੇ ਹਾਂ ਔਰ ਸਾਡਾ ਮੇਨ GT ਰੋਡ ਔਰ ਹੁਣ ਜਿਹੜੇ ਨਵੇਂ ਅਰੋਤਕ ਸੱਸਾ ਰੋਡ ਜਿੱਥੇ ਘਟਨਾ ਹੋਈ ਹੈ ਇੱਧਰ ਵੀ ਅਸੀਂ ਆਉਂਦੇ ਹਾਂ ਔਰ ਰਸਤੇ ਦੇ ਵਿੱਚ ਜਿਹੜੀ ਘਟਨਾ ਹੋਈ ਅੱਜ ਸਵੇਰੇ ਮਾਨ ਸਾਹਿਬ ਨੇ ਮੈਨੂੰ ਕਿਹਾ ਕਿ ਧਾਲੀਵਾਲ ਸਾਹਿਬ ਵਾਪਸ ਆ ਗਏ, ਮੈਂ ਕੇਰਲਾ ਸੀ ਐਕਚੁਅਲੀ 3-4 ਦਿਨ ਤੋਂ, ਉੱਥੇ ਵੀ ਅਸੀਂ NRI ਦੀਆਂ ਮੀਟਿੰਗਾਂ ਕਰਨ ਗਏ ਸੀਗੇ ਅਤੇ ਮੈਨੂੰ ਉੱਥੇ ਹੀ ਸੋਸ਼ਲ ਮੀਡੀਆ ਤੋਂ ਪਤਾ ਲੱਗਾ ਅਤੇ ਮੈਂ ਇੱਕ ਚੈਨਲ ਵਾਲਿਆਂ ਨੂੰ ਲਿਖ ਕੇ ਵੀ ਭੇਜਿਆ ਕਿ ਮੈਨੂੰ ਉਹਨਾਂ ਦਾ ਨੰਬਰ ਦਿਓ ਸਰਦਾਰ ਸਾਹਿਬ ਦਾ, ਅਤੇ ਚਲੋ ਮੇਰੀ ਫਿਰ MLA ਸਾਹਿਬ ਨਾਲ ਗੋਲਡੀ ਜੀ ਸਾਡੇ ਬੜੇ ਪਿਆਰੇ MLA ਉਹਨਾਂ ਨਾਲ ਗੱਲ ਹੋ ਗਈ, ਉਹਨਾਂ ਨੇ ਮੈਨੂੰ ਦੱਸਿਆ ਕਿ ਆਪਣੇ ਰਿਸ਼ਤੇਦਾਰ ਨੇ ਅਤੇ ਮੈਂ ਉਦੋਂ ਹੀ ਫੋਨ ਕਰਕੇ ਕੱਲ੍ਹ ਹੀ ਇਹਨਾਂ ਨੂੰ ਕਿਹਾ ਕਿ ਮੈਂ ਕੱਲ੍ਹ ਆਊਂਗਾ, ਮੈਂ ਰਾਤੀ 10 ਵਜੇ ਵਾਪਸ ਆਇਆ ਕੇਰਲਾ। ਗੱਲ ਇਹ ਕਿ ਮੈਂ ਅੱਜ ਸਵੇਰੇ ਮੈਂ 3-4 ਗੱਲਾਂ ਤੁਹਾਨੂੰ ਕਹਿਣੀਆਂ। ਇੱਕ ਤਾਂ ਹਰਿਆਣੇ ਦੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ ਔਰ ਹਰਿਆਣੇ ਦੇ DGP ਨੂੰ ਚਿੱਠੀ ਲਿਖੀ ਆ ਕਿ ਇਸ ਘਟਨਾ ਦੀ ਜਿਹੜੀ ਜਾਂਚ ਕਰਾਈ ਜਾਵੇ ਉਹ ਦੋਸ਼ੀ ਵੱਡੇ ਜਿਹੜੇ ਆ ਉਹ ਲੋਕੇਟ ਕੀਤੇ ਜਾਣ, ਕਿਉਂਕਿ ਕੈਮਰੇ ਬਹੁਤ ਸਾਰੇ ਲੱਗੇ ਹੋਣਗੇ ਰਸਤੇ ਦੇ ਵਿੱਚ, ਜਿਹੜੇ ਵੀ ਬੰਦਿਆਂ ਨੇ ਇਹ ਘਟਨਾ ਕੀਤੀ ਆ ਉਹਨਾਂ ਬੰਦਿਆਂ ਨੂੰ ਸਖ਼ਤ ਜਿਹੜੀ ਮੈਂ ਮੰਗ ਕੀਤੀ ਔਰ ਮੈਂ
ਸੀਐਮ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਮੈਨੂੰ ਟਾਈਮ ਦਿੱਤਾ ਜਾਵੇ, ਮੈਂ ਉਹਨਾਂ ਨੂੰ ਮਿਲਣ ਵਾਸਤੇ ਵੀ ਕਿ ਮੈਂ ਤੁਹਾਨੂੰ ਇਸ ਘਟਨਾ ਦੇ ਵਿਸਤਾਰ 'ਚ ਦੱਸਣਾ ਚਾਹੁੰਦਾ। ਸ਼ਾਇਦ ਇੱਕ ਦੋ ਦਿਨ 'ਚ ਮੁੱਖ ਮੰਤਰੀ ਸਾਹਿਬ ਨੇ, ਮੁੱਖ ਮੰਤਰੀਆਂ ਦਾ ਸਕੈਜੂਲ ਬੜਾ ਬਿਜ਼ੀ ਹੁੰਦਾ, ਉਹ ਟਾਈਮ ਜਿਹੜਾ ਉਹ ਦੇਣਗੇ। ਇੱਕ ਤਾਂ ਇਹ ਮਸਲਾ ਜਿਹੜਾ ਹਰਿਆਣੇ ਸਰਕਾਰ ਕੋਲ ਆਪਾਂ ਯੋਧਾ ਢੰਗ ਨਾਲ ਉਠਾਵਾਂਗੇ, ਕਿਉਂਕਿ ਸਾਡਾ ਉਹ ਰਸਤਾ ਹੈ, ਸਾਡਾ ਹੀ ਰਸਤਾ, ਹਰਿਆਣਾ ਵੀ ਸਾਡਾ ਹੀ ਆ। ਉਸ ਰਸਤੇ ਦੇ ਵਿੱਚ ਜਾਂਦਿਆਂ ਜੇ ਕੋਈ ਵਾਰਦਾਤ ਹੋ ਜਾਂਦੀ ਤਾਂ ਸਾਡੀ ਡਿਊਟੀ ਆ ਕਿ ਅਸੀਂ ਉੱਥੋਂ ਨਾਲ ਸੰਬੰਧਿਤ ਸਰਕਾਰ ਨੂੰ ਜਿਹੜਾ ਸਾਰਾ ਦੱਸੀਏ, ਉਹਦੇ ਕੋਲ ਮੰਗ ਕਰੀਏ, ਉਹਨਾਂ ਰੋਡਾਂ ਦੇ ਉੱਤੇ ਜਿਹੜੀ ਪੈਟਰੋਲਿੰਗ ਜਿਹੜੀ ਆ ਉਹ ਮਤਲਬ ਸਖ਼ਤ ਕੀਤੀ ਜਾਵੇ, ਹਰਿਆਣਾ ਪੁਲਿਸ ਦੀ ਜਿਹੜੀ ਡਿਊਟੀ ਲਾਈ ਜਾਵੇ ਕਿ ਅੱਗੇ ਤੋਂ ਇੱਦਾਂ ਦੀ ਘਟਨਾ ਬਿਲਕੁਲ ਨਾ ਹੋਵੇ, ਔਰ ਜਿਨ੍ਹਾਂ ਨੇ ਇਹ ਘਟਨਾ ਕੀਤੀ ਉਹ ਦੋਸ਼ੀ ਲੱਭ ਕੇ ਉਹਨਾਂ ਦੇ ਖਿਲਾਫ਼ ਮੁਕੱਦਮਾ ਜਿਹੜਾ ਦਰਜ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ। ਦੂਜੀ ਗੱਲ, ਮੈਂ ਫੈਸਲਾ ਕੀਤਾ ਕਿ ਸਾਡਾ ਜਿਹੜਾ ਮਹਿਕਮਾ ਐਨ ਆਰ ਆਈ ਮਹਿਕਮਾ, ਸਾਡੇ ਏ ਆਈ ਜੀ ਸਾਹਿਬ ਆਏ ਆ ਮਿਲਕਲ ਵਾਲੀਆ ਸਾਹਿਬ ਇੱਥੇ, ਸਰ ਅੱਜ ਹੀ ਵਾਲੀਆ ਸਾਹਿਬ ਤੁਸੀਂ ਜਾਣਾ, ਉਦੋਂ ਆ ਮਾਸਟਰ ਜੀ ਦੇ ਬਿਆਨ ਲਿਖੋ, ਭੈਣ ਜੀ ਦੇ ਬਿਆਨ ਲਿਖੋ, ਔਰ ਅਸੀਂ ਆਪ ਮਤਲਬ ਆਪਣੇ ਮਹਿਕਮੇ ਵੱਲੋਂ ਜਿਹੜਾ ਐੱਫ ਆਈ ਆਰ ਦਰਜ ਕਰਾਂਗੇ, ਉਹਨੂੰ ਜੀਰੋ ਐੱਫ ਆਈ ਆਰ ਕਹਿੰਦੇ, ਅਸੀਂ ਐੱਫ ਆਈ ਆਰ ਦਰਜ ਕਰਾਂਗੇ, ਪਰਚਾ ਦਰਜ ਕਰਾਂਗੇ ਕਿ ਸਾਡੇ ਬੰਦਿਆਂ ਦੇ ਨਾਲ ਇਹ ਚੋਰ, ਇਹ ਅਸੀਂ ਕਰਾਂਗੇ ਅੱਜ ਹੀ, ਇਹ ਉਹਨਾਂ ਚਿਰ ਦੀ ਜਾਣਗੇ ਜਿੰਨਾ ਚਿਰ ਤੱਕ ਇਹ ਬਿਆਨ ਲਿਖੇ। ਤੀਜਾ ਜਿਹੜਾ ਮੈਂ ਕਰੂੰਗਾ ਕੰਮ, ਮੇਰੇ ਮਨ ਨੂੰ ਬਹੁਤ ਮੈਂ ਸਮਝੋ ਕਿ ਜਜ਼ਬਾਤੀ ਹੋ ਜਾਈਦਾ ਕਈ ਵਾਰ, ਜਿਸ ਲਖਵਿੰਦਰ ਸਿੰਘ ਡਰਾਈਵਰ ਨੇ ਜਿਹਦੀ ਬਹਾਦਰੀ ਕਰਕੇ ਔਰ ਜਿਹਦੇ ਚੇਤਨ ਦਿਮਾਗ ਕਰਕੇ ਸਿਆਣਪ ਕਰਕੇ ਸਾਡੇ ਬਜ਼ੁਰਗਾਂ ਦੀ, ਸਾਡੇ ਮਾਤਾ ਦੀ, ਸਾਡੇ ਪਿਤਾ ਜੀ ਤੋਂ ਉਹਦੀ ਆਪਣੀ ਵੀ ਜਾਨ ਬਚ ਗਈ, ਉਹ ਇਹਨਾਂ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਕੇ ਲਿਆ। ਔਰ ਮੈਂ ਆਪਣੇ ਮਹਿਕਮੇ ਲੋ ਐੱਨ ਆਰ ਆਈ ਡਿਪਾਰਟਮੈਂਟ ਨੂੰ 1 ਲੱਖ ਰੁਪਈਆ ਇਨਾਮ ਵੀ ਜਿਹੜਾ ਉਹ ਇਹਨੂੰ ਮਤਲਬ ਜਿਹੜਾ ਇਨਾਮ ਦਿਆਂਗੇ, ਔਰ ਇਹਨੂੰ ਮੈਂ ਸੀ ਐੱਮ ਸਾਹਿਬ ਨੂੰ ਮਤਲਬ ਜਿਹੜਾ ਬਹਾਦਰੀ ਦਾ ਇਨਾਮ ਜਿਹੜਾ ਸਨਮਾਨ ਜਿਹੜਾ ਉਹ ਵੀ ਦਵਾਵਾਂਗੇ ਪੰਜਾਬ ਸਰਕਾਰ ਵੱਲੋਂ ਕਿ ਇਸ ਮੁੰਡੇ ਦੀ ਬਹਾਦਰੀ ਕਰਕੇ ਐੱਨ ਆਰ ਆਈ ਪਰਿਵਾਰ ਦੀ ਜਾਨ ਜਿਹੜੀ ਉਹ ਬਚ ਗਈ ਹੈ। ਔਰ ਮੈਂ ਚੌਥੀ ਗੱਲ ਇਹ ਕਹਿਣਾ ਕਿ ਇਹ ਪਰਿਵਾਰ ਇਕੱਲੇ ਮਾਸਟਰ ਸਾਧੂ ਸਿੰਘ ਹੋਣਾ ਦਾ ਪਰਿਵਾਰ ਨੀਗਾ, ਬੂਟਾ ਸਿੰਘ ਇਕੱਲਾ ਸਰਦਾਰ ਬੂਟਾ ਸਿੰਘ ਹੋਣਾ ਦਾ ਪਰਿਵਾਰ ਨੀਗਾ, ਇਹ ਪਰਿਵਾਰ ਸਾਡਾ ਸਾਰੇ ਪੰਜਾਬੀਆਂ ਦਾ, ਸਾਰਿਆਂ ਦਾ ਦਰਦ ਆ ਸਾਡਾ। ਹੁਣ ਤਾਂ ਪੰਜਾਬ ਦਾ ਕੋਈ ਇਲਾਕਾ ਨਹੀਂ ਬਚਿਆ ਜਿੱਥੋਂ ਪਹਿਲਾਂ ਹੁੰਦਾ ਸੀਗਾ ਕਿ ਦੁਆਬੇ 'ਚੋਂ ਲੋਕ ਕੱਲੇ ਬਾਹਰ ਗਏ, ਹੁਣ ਤਾਂ ਮਾਝਾ ਮਾਲਵਾ ਹਰ ਥਾਂ ਤੋਂ ਸਾਡੇ ਬੱਚੇ ਬਾਹਰ ਚਲੇ ਗਏ। ਅਸੀਂ ਜਾਣਾ ਆਉਣਾ, ਮੇਰੀ ਆਪਣੀ ਫੈਮਿਲੀ ਕੈਲੀਫੋਰਨੀਆ, ਅਸੀਂ ਜਾਣਾ ਆਉਣਾ ਲਗਾਤਾਰ, ਔਰ ਮੈਂ ਦੁਨੀਆ ਭਰ ਦੇ ਐੱਨ ਆਰ ਆਈਆਂ ਨੂੰ ਆਪਣੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਉਹਨਾਂ ਹੀ ਡਿਊਟੀ ਲਾਈ ਅੱਜ ਮੈਨੂੰ ਇੱਥੇ ਭੇਜਿਆ। ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਵੱਸਦੇ ਕਿਸੇ ਵੀ ਐੱਨ ਆਰ ਆਈ ਦੀ ਅਸੀਂ ਜਾਨ ਮਾਲ ਜਾਇਦਾਦ ਦਾ ਹਰ ਤਰ੍ਹਾਂ ਮਤਲਬ ਸੁਰੱਖਿਆ ਕਰਾਂਗੇ, ਹਰ ਤਰ੍ਹਾਂ ਮਦਦ ਕਰਾਂਗੇ, ਘਬਰਾਉਣ ਦੀ ਕੋਈ ਗੱਲ ਨਹੀਂ। ਕਈ ਵਾਰ ਇੱਦਾਂ ਘਟਨਾਵਾਂ ਵਾਪਰ ਜਾਂਦੀ ਹੈ, ਪਰ ਇਹਦਾ ਮਤਲਬ ਨਹੀਂ ਹੈ ਕਿ ਇੱਕ ਘਟਨਾ ਹੋ ਗਈ ਅਤੇ ਸਾਰਾ ਕੰਮ ਹੀ ਜਿਹੜਾ ਫੇਲ ਹੋ ਗਿਆ। ਅਸੀਂ ਨਾਲ ਹੈ, ਅਸੀਂ ਕਿਸੇ ਵੀ ਐੱਨ ਆਰ ਆਈ ਨੂੰ ਦੇਸ਼ ਦੇ ਵਿੱਚ ਕਿਤੇ ਵੀ
ਕੋਈ ਆਂਚ ਆਵੇ, ਉਹਨੂੰ ਕੋਈ ਕਿਤੇ ਸਮੱਸਿਆ ਆਵੇ ਤੇ ਹਰ ਇਹਨਾਂ ਦਾ ਇਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ। ਮੈਂ ਆਪਣੇ ਨੰਬਰ ਫੇਸਬੁੱਕ ਤੇ ਪਾਇਆ, ਜਦੋਂ ਕਿਸੇ ਨੂੰ ਪ੍ਰੋਬਲਮ ਆਉਂਦੀ ਆ ਉਹ ਮੈਨੂੰ ਕਾਲ ਕਰੇ। ਪਹਿਲੀ ਗੱਲ ਤਾਂ ਮੈਂ ਆਪ ਹੀ ਆਇਆ, ਅੱਜ ਮੈਂ ਸਵੇਰੇ ਹੁਣੇ ਮੈਂ ਆ ਰਿਹਾ ਸੀਗਾ ਚੰਡੀਗੜ੍ਹ ਤੋਂ ਬਠਿੰਡੇ ਨੂੰ, ਤੇ ਮੈਂ ਰਸਤੇ 'ਚ ਮਤਲਬ ਸੋਸ਼ਲ ਮੀਡੀਆ ਤੋਂ ਪੜਿਆ ਕਿ ਗੁਰਦਾਸਪੁਰ ਦਾ ਇੱਕ ਮੁੰਡਾ ਨੌਜਵਾਨ ਹਾਰਟ ਅਟੈਕ ਦੇ ਨਾਲ ਡੈਥ ਹੋ ਗਈ, ਤੇ ਉਹਦੇ ਮਾਪਿਆਂ ਨੇ ਵੀ ਰਿਕੁਐਸਟ ਕੀਤੀ ਕਿ ਡੈਡ ਬੋਡੀ ਜਿਹੜੀ, ਮੇਰੀ ਅਜੇ ਗੱਲ ਨਹੀਂ ਹੋਈ ਉਹਨਾਂ ਨਾਲ ਕਿ ਉਹਦੀ ਨੰਬਰ ਨਹੀਂ ਮਿਲਿਆ ਉਹਨਾਂ ਦਾ, ਅਜੇ ਹੁਣ ਕਦੂੰਗਾ ਜਾਂਦਾ ਜਾਂਦਾ ਮੈਂ ਡੀ ਸੀ ਦੀ ਡਿਊਟੀ ਲਾਈ ਹੈ। ਅਤੇ ਮੈਂ ਉਹਨਾਂ ਨੂੰ ਕਿਹਾ, ਡੀ ਸੀ ਨੂੰ ਕਿਹਾ, ਮੈਂ ਕਿਹਾ ਉਹਨਾਂ ਨੂੰ ਮੈਸੇਜ ਕਨਵੇ ਕਰੋ ਕਿ ਮੈਂ ਕੱਲ੍ਹ ਉੱਥੇ ਆਊਂਗਾ, ਕਿਉਂਕਿ ਮੈਂ ਸਮਝਦਾ ਮੈਂ ਖੁਦ ਉੱਥੇ 13 ਸਾਲ ਦਿਹਾੜੀਆਂ ਲਾਈਆਂ, ਮੈਨੂੰ ਪਤਾ ਲੋਕ ਕਿੱਦਾਂ ਦਹਾਂ ਨੌਵਾਂ ਦੀ ਕਿਰਤ ਕਰਦੇ ਆ, ਕਿੱਦਾਂ ਮਿਹਨਤ ਕਰਦੇ ਆ, ਮਿਹਨਤ ਕਰਕੇ ਪੰਜਾਬ 'ਚ ਭੇਜਦੇ ਆ। NRI ਤੋਂ ਬਿਨਾਂ ਪੰਜਾਬ ਨੂੰ ਵੇਖਣਾ ਬਹੁਤ ਔਖਾ, NRI ਪੰਜਾਬ ਦੀ ਰੀੜ ਦੀ ਹੱਡੀ ਨੇ। ਜੇ ਪੰਜਾਬ ਦਾ ਵਿਕਾਸ ਆਪਾਂ ਕਰਨਾ ਤੇ NRI ਤੋਂ ਬਿਨਾਂ ਨਹੀਂ ਹੋ ਸਕਦਾ। NRI ਦੀ ਜਾਨ ਮਾਲ ਜਾਇਦਾਦ ਦੀ ਰਾਖੀ ਕਰਨੀ ਸਾਡੀ ਡਿਊਟੀ ਆ, ਔਰ ਮੈਂ ਇਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਵਿਸ਼ਵਾਸ ਦਿਵਾਉਣ ਆਇਆ ਕਿ ਅਸੀਂ ਤੁਹਾਡੇ ਨਾਲ ਹੈ, ਚਟਾਨ ਦੀ ਤਰ੍ਹਾਂ ਖੜੇ ਹਾਂ, ਘਬਰਾਉਣਾ ਨਹੀਂ, ਕੋਈ ਗੱਲ ਨਹੀਂ, ਹੋਈ ਬਾਹਲੀ ਘਟਨਾ ਹੋਈ ਆ, ਆਪਾਂ ਮੈਂ ਜਿੱਦਾਂ ਤੁਹਾਨੂੰ ਕਹਿ ਦਿੱਤਾ NRI ਡਿਪਾਰਟਮੈਂਟ ਵੱਲੋਂ FIR ਦਰਜ ਕਰਦੇ ਹਾਂ। ਫਿਰ ਉੱਥੇ ਵੀ ਜਦੋਂ CM ਸਾਹਿਬ ਦੇ ਟਾਈਮ ਦੇ ਤਾਂ ਉੱਥੇ ਵੀ ਪ੍ਰੈਸ਼ਰ ਪਾ ਕੇ ਉਹਨਾਂ ਨੂੰ ਵੀ ਕਹਿੰਦੇ ਦਾ ਮੁਕੱਦਮਾ ਦਰਜ ਕਰੋ ਅੱਗੇ ਤੋਂ ਕੋਈ ਇੱਦਾਂ ਦੀ ਘਟਨਾ ਨਾ ਹੋਵੇ। ਸੋ ਮੈਂ ਆਪਣੇ ਭੈਣ ਜੀ ਨੂੰ, ਵੱਡੀ ਭੈਣ ਆ, ਸਾਡੀ ਮਾਂ ਆ, ਇਹਨਾਂ ਨੂੰ ਵਿਸ਼ਵਾਸ ਦਿਵਾਉਣ ਆਇਆ ਕਿ ਤੁਹਾਡੇ ਪੁੱਤ ਜਿੰਦੇ ਆ, ਘਬਰਾਓ ਨਾ, ਭਗਵੰਤ ਮਾਨ ਤੁਹਾਡਾ ਮਾਲਵੇ ਦਾ ਪੁੱਤ ਆ ਜਿਹੜਾ ਹਲੇ ਮੁੱਖ ਮੰਤਰੀ ਹੈ, ਘਬਰਾਉਣ ਦੀ ਲੋੜ ਨਹੀਂ, ਅਸੀਂ ਸਭ ਲੋਕ ਤੁਹਾਡੇ ਨਾਲ ਆ, ਤੁਹਾਡੇ ਬੱਚੇ ਆ, ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੇ ਹਾਂ, ਤੁਹਾਡੇ ਦੁੱਖ 'ਚ ਖੜੇ ਹਾਂ, ਤੁਹਾਡੇ ਸੁੱਖ 'ਚ ਖੜੇ ਹਾਂ, ਤੁਹਾਡੀ ਤੰਦਰੁਸਤੀ ਦੀ ਅਰਦਾਸ ਕਰਦੇ ਹਾਂ, ਤੁਹਾਨੂੰ ਮਿਲ ਕੇ ਕਹਿਣਾ ਚਾਹੁੰਦੇ ਹਾਂ ਕਿ ਤਗੜੇ ਹੋ, ਆਪਣੇ ਕੰਮ ਕਰੋ, ਘਬਰਾਉਣਾ ਨਹੀਂ। ਆਪਾਂ ਤਾਂ ਪੰਜਾਬੀ ਹਾਂ ਜਾਂ ਸਿੱਖ, ਆਪਾਂ ਵੱਡੀ ਤੋਂ ਵੱਡੀ ਸਮੱਸਿਆ ਦੇ ਨਿਕਲ ਆਉਂਦੇ ਹਾਂ, ਇਹ ਜਿਹੜੀਆਂ ਛੋਟੀਆਂ ਛੋਟੀਆਂ ਆਪਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ, ਇਹ ਸਮੱਸਿਆਵਾਂ ਆਪਾਂ ਦੂਰ ਕਰਾਂਗੇ। ਦੇਖੋ ਮਾਨ ਸਾਹਿਬ ਨੇ ਪੰਜਾਬ ਦੇ ਵਿੱਚ ਜਿੱਦਾਂ ਸੜਕ ਸੁਰੱਖਿਆ ਫੋਰਸ ਬਣਾਈ ਹੈ, ਇੱਦਾਂ ਹਰਿਆਣੇ ਨੂੰ ਬਣਾਉਣੀ ਚਾਹੀਦੀ ਹੈ, ਉਹਨਾਂ ਨੂੰ ਵੀ ਇੱਦਾਂ ਦੀ ਬਣਾ ਕੇ ਥਾਂ ਥਾਂ 'ਤੇ ਆਪਾਂ ਗੱਡੀਆਂ ਲਾਈਆਂ ਨਾ। ਬੱਸ ਦੇ ਲੋਕ ਹੁਣ ਇੱਕ ਭਾਈ ਸਾਹਿਬ ਕਹਿਣ ਡੇ ਜੀ ਮੇਨ ਸੜਕਾਂ 'ਤੇ ਤਾਂ ਕੰਮ ਠੀਕ ਆ, ਥੋੜ੍ਹਾ ਜਿਹਾ ਪਿੰਡਾਂ ਦੀਆਂ ਲਿੰਕ ਸੜਕਾਂ 'ਤੇ ਵੀ ਕਰੋ। ਅਤੇ ਇਹ ਵੀ ਆਪਾਂ CM ਸਾਹਿਬ ਨੂੰ ਕਹਾਂਗੇ ਕਿ CM ਸਾਹਿਬ ਜਿੱਦਾਂ ਆਪਾਂ ਮੇਨ ਸੜਕਾਂ 'ਤੇ ਕੀਤਾ, ਇੱਦਾਂ ਆਪਣੀ ਪੈਟਰੋਲਿੰਗ ਜਿਹੜੀ ਪਿੰਡਾਂ ਦੇ ਵਿੱਚ ਮੇਨ ਜਿਹੜੀਆਂ ਲਿੰਕ ਰੋਡਾਂ ਨੇ ਉਹਨਾਂ 'ਤੇ ਵੀ ਮਾਨ ਸਾਹਿਬ ਨੂੰ ਬੇਨਤੀ ਕਰਕੇ ਉਹ ਵੀ ਆਪਾਂ ਕਰਾਂਗੇ। ਸੋ ਤੁਹਾਡੀ ਸਰਕਾਰ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ, ਅਸੀਂ ਪਰਿਵਾਰ ਦੇ ਨਾਲ ਹੈ, ਅਸੀਂ ਪੰਜਾਬੀਆਂ ਦੇ ਨਾਲ ਹੈ, ਔਰ ਦੁਨੀਆ ਭਰ ਦੇ ਇਹਨਾਂ ਦੇ ਨਾਲ ਹੈ। ਇਹੀ ਸ਼ਬਦ ਮੈਂ ਕਹਿੰਦੇ ਸੀਗੇ।